ਅੱਜ ਦਾ ਇਹ ਦਿਨ ਜਿਹੜਾ ਕਿ ਸਵਰਗੀ ਆ ਸਰਦਾਰ ਪ੍ਰੀਤਮ ਸਿੰਘ ਜੀ ਦੀ ਯਾਦ 'ਚ ਉਹਨਾਂ ਦੇ ਇੱਕ ਹੋਣਹਾਰ ਸਪੁੱਤਰ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਨੇ ਇਸ ਸਾਲ ਨਹੀਂ ਬਲਕਿ ਪਿਛਲੇ ਸਾਲਾਂ ਤੋਂ ਕਰ ਰਹੇ ਇਸ ਸਾਰੀ ਐਕਟੀਵਿਟੀ 'ਚ ਕਲਾਕ੍ਰਿਤੀ ਕੇਂਦਰ ਔਰ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਪਾਰਟੀਸਪੇਟ ਕਰਦੇ ਬੜੀ ਅੱਛੀ ਤਰ੍ਹਾਂ ਨਾਲ ਦੇਸ਼ ਦੇ ਡਿਫਰੈਂਟ ਡਿਫਰੈਂਟ ਇਲਾਕਿਆਂ 'ਚੋਂ ਕਲਾਕਾਰ ਇੱਥੇ ਆਉਂਦੇ ਔਰ ਦੇ ਪਰਫੋਰਮ ਇਨ ਦੀ ਸਿਟੀ ਆਫ ਪਟਿਆਲਾ ਐਂਡ ਦੇ ਆਰ ਓਨਰਡ ਬਾਈ ਦੀ ਸਰਬੱਤ ਦਾ ਭਲਾ ਟਰੱਸਟ। ਇਸ ਮੌਕੇ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਿੰਨੇ ਐਸੇ ਪੁੱਤਰ ਹੈ ਜਿਹੜੇ ਆਪਣੇ ਪਿਤਾ ਦੀ ਯਾਦ 'ਚ ਇੱਦਾਂ ਦੇ ਕਰਮ ਕਰਦੇ। ਮੈਡਮ ਮਿੱਡਾ ਨੇ ਉਬਰਾਏ ਸਾਹਿਬ ਦੇ ਵੇਖ ਮੈਂ ਗਿਣਦਾ ਰਿਹਾ ਉਸ ਵੇਲੇ ਵੇਖੇ ਸ਼ੀ ਕੈਲਕੂਲੇਟਡ ਅਪਰੋਕਸੀਮੇਟਲੀ 40 ਵਰਕਸ ਵਿੱਚ ਹੀ ਡੂਇੰਗ ਚੈਰੀਟੇਬਲ ਵਰਕ ਫਾਰ ਦੀ ਸੋਸਾਇਟੀ। ਇਸ ਇਜ਼ ਇੰਪੋਸੀਬਲ ਫਾਰ ਐਨੀ ਹਿਊਮਨ ਬੀਇੰਗ ਇਟ ਇਜ਼ ਇੰਪੋਸੀਬਲ ਦਿਸ ਵਰਕ ਇਜ਼ ਮੇਕਿੰਗ ਇਟ ਪੋਸੀਬਲ। ਆਈ ਥਿੰਕ ਸੱਚ ਸੋਲਸ ਮਸਟ ਕਮ ਔਨ ਦਿਸ ਅਰਥ ਅਗੇਨ ਐਂਡ ਅਗੇਨ ਐਂਡ ਵੀ ਪ੍ਰੇ ਟੂ ਦ ਗੋਡ ਦੈਟ ਹੀ ਸ਼ੁੱਡ ਬੀ। I feel honored ਕਿ ਸਾਨੂੰ ਮੌਕਾ ਦਿੱਤਾ ਤੁਸੀਂ ਆ ਕੇ ਇੱਥੇ ਇਸ 'ਚ ਪਾਰਟੀਸਪੇਟ ਕਰਨ ਦਾ। ਮੈਂ ਜਦੋਂ ਡਾਕਟਰ ਸਾਹਿਬ ਨਾਲ ਬੈਠਾ ਸੀਗਾ ਅਤੇ ਸਾਨੂੰ ਆਪਣਾ ਸਟੂਡੈਂਟ ਲਾਈਫ ਯਾਦ ਆ ਗਈ। ਡਾਕਟਰ ਸਾਹਿਬ ਵੀ ਆਪਣੇ ਟਾਈਮ ਦੇ ਬੜੇ ਅੱਛੇ ਡਾਂਸਰ ਰਹੇ ਹੈ ਅਤੇ ਮੈਂ ਵੀ ਆਪਣੇ ਟਾਈਮ ਦਾ ਯੂਨੀਵਰਸਿਟੀ ਦਾ ਬੈਸਟ ਡਾਂਸਰ ਰਿਹਾ ਅਤੇ ਸਾਨੂੰ ਆਪਣਾ ਡਾਂਸ ਫਿੱਕਾ ਲੱਗ ਰਿਹਾ ਸੀ ਇਹਨਾਂ ਦੇ ਸਾਹਮਣੇ। ਦਿਸ ਵਾਜ਼ ਫੈਂਟੈਸਟਿਕ ਸ਼ੋਅ ਅਤੇ ਮੇਰਾ ਖਿਆਲ ਹੈ ਕਿ ਵੀ ਜੇ ਇਹ ਵਾਲਾ ਗਰੁੱਪ ਕਿਸੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਕਿਸੇ ਸੌਂਗ ਵਾਲੇ ਡਰਾਮਾ ਦੇ ਵਿੱਚ ਪਾਰਟੀਸਪੇਟ ਕਰੇਗਾ ਤੇ ਹਮੇਸ਼ਾ ਇਟ ਵਿਲ ਗੈਟ ਪ੍ਰਾਈਜ਼ ਤੇ ਨੰਬਰ 1 ਤੇ ਆਏਗਾ। ਸੋ ਮੈਂ ਜਿਹੜੇ ਜਿਸ ਤਰ੍ਹਾਂ ਸਰਬੱਤ ਦੇ ਭਲਾ ਵਾਲਿਆਂ ਨੇ ਆਪਾਂ ਅਸੀਂ ਸਾਰਿਆਂ ਨੇ ਇਕੱਠੇ ਇਹਨਾਂ ਨੂੰ ਓਨਰ ਕੀਤਾ ਹੈ ਇਹਨਾਂ ਤੇ ਮੈਂ ਚਾਹੁੰਦਾ ਕਿ ਜਿਹੜੇ ਸਟੇਜ ਆਰਟਿਸਟ ਹੈ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਇਨਕਰੇਜ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਟੇਜ ਹੈ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਅਤੇ ਸਟੇਜ ਅੱਜ ਦਾ ਨਹੀਂ ਹੈ ਕਿੰਨੇ ਹਜ਼ਾਰ ਸਾਲ ਪੁਰਾਣਾ ਹੈ। ਈਵਨ ਸ਼ੇਕਸਪੀਅਰ ਨੇ ਵੀ ਕਿਹਾ ਸੀਗਾ ਵੀ ਸਾਡੀ ਅਸੀਂ ਇਸ ਜਦੋਂ ਆਉਂਦੇ ਹਾਂ ਇਸ ਪੈਦਾ ਹੁੰਦੇ ਹਾਂ ਜਿੱਦਾਂ ਤੱਕ ਅਸੀਂ ਰਹਿੰਦੇ ਹਾਂ ਸਾਡੀ ਇਹ ਜ਼ਿੰਦਗੀ ਜਿਹੜੀ ਦੁਨੀਆ ਸਾਰੀ ਇੱਕ ਸਟੇਜ ਹੈ ਅਤੇ ਅਸੀਂ ਆਪਣੇ ਅਲੱਗ ਅਲੱਗ ਰੋਲ ਪਲੇ ਕਰਕੇ ਚਲੇ ਜਾਂਦੇ ਹਾਂ। ਸੋ ਸਟੇਜ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਮੈਂ ਚਾਹਾਂਗਾ ਕਿ ਅਸੀਂ ਜੋ ਵੀ ਜਿਸ ਤਰ੍ਹਾਂ ਵੀ ਕੰਟਰੀਬਿਊਟ ਕਰ ਸਕੀਏ ਸਟੇਜ ਨੂੰ ਇਨਕਰੇਜ ਕਰੀਏ ਅਤੇ ਆਰਟਿਸਟ ਜਿਹੜੇ ਉਹਨਾਂ ਨੂੰ ਓਨਰ ਕਰਦੇ ਰਹੀਏ। ਥੈਂਕ ਯੂ ਵੈਰੀ ਮੱਚ ਸਾਰਿਆਂ ਨੂੰ। ਥੈਂਕ ਯੂ ਸੋ ਮੱਚ ਸਰ। ਹੁਣ ਓਬਰਾਏ ਸਾਹਿਬ ਨੂੰ ਬੇਨਤੀ ਕਰਾਂਗੀ। ਨੌਰਥ ਜ਼ੋਨ ਅਤੇ ਕਲਾ ਕੀਰਤੀ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਦਿਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਅੱਜ ਜਿਹੜਾ 7 ਦਿਨਾਂ ਦਾ ਨਾਟਕ ਮੇਲਾ ਚੱਲ ਰਿਹਾ ਸੀ ਅੱਜ ਨਿਰਵਘਨ ਸਮਾਪਤ ਹੋਇਆ। ਔਰ ਨਾਲ ਦੀ ਨਾਲ ਹੀ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਪੂਰੀ ਟੀਮ ਸਾਹਿਬ ਜੱਸਾ ਸਿੰਘ ਜੀ, ਡਾਕਟਰ ਗੇਲ, ਡਾਕਟਰ ਅਟਵਾਲ, ਸੁਰਿੰਦਰ ਸਿੰਘ ਜੀ ਅਟਵਾਲ ਸਾਹਿਬ ਅਤੇ ਸਾਰਿਆਂ ਦੇ ਕਾਫੀ ਕੜੀ ਮਿਹਨਤ ਦੇ ਨਾਲ ਮਿਲ ਜੁਲ ਕੇ ਇਹਨੂੰ ਤੁਸੀਂ ਬੜਾ ਕਾਮਯਾਬ ਕੀਤਾ। ਔਰ ਮੈਂ ਉਮੀਦ ਰੱਖਦਾ ਕਿ ਇਸੇ ਤਰ੍ਹਾਂ ਹਰ ਸਾਲ ਜਿਹੜਾ ਇਹ ਮੇਲਾ ਇਸੇ ਤਰ੍ਹਾਂ ਲੱਗਦਾ ਰਹੇਗਾ ਔਰ ਸਰਬੱਤ ਦੇ ਭਲਾ ਟਰੱਸਟ ਨੂੰ ਵੀ ਇਹ ਮੌਕਾ ਮਿਲਦਾ ਰਹੇਗਾ।
ਇਹ ਸੇਵਾ ਕਰਨ ਦਾ। ਜਿਸ ਤਰ੍ਹਾਂ ਦੱਸਿਆ ਬੇਦੀ ਸਾਹਿਬ ਨੇ ਦੱਸਿਆ ਕਿ ਨਾਟਕ ਜਿੱਦਾਂ ਖਤਮ ਹੁੰਦੇ ਜਾ ਰਹੇ ਨੇ, ਸਾਨੂੰ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਟਰੱਸਟ ਵੱਲੋਂ ਇੱਕ ਹੋਰ, ਜਿਸ ਤਰ੍ਹਾਂ ਅਸੀਂ ਨਾਟਕਾਂ ਚੱਲ ਕਰੀ ਰਹੇ ਹਾਂ, ਲੇਕਿਨ ਟਰੱਸਟ ਵੱਲੋਂ ਕਵੀ ਦਰਬਾਰ ਜਿਹੜੇ ਅਸੀਂ ਸ਼ੁਰੂ ਕੀਤੇ ਨੇ, ਕਿਉਂਕਿ ਕਵੀ ਜਿਹੜੇ ਨੇ ਸਾਡੇ ਕੋਲ ਵੀ ਲੁਪਤ ਹੁੰਦੇ ਜਾ ਰਹੇ ਨੇ। ਉਹਨਾਂ ਨੂੰ ਕੋਈ ਪੁੱਛਦਾ ਨਹੀਂ ਆ ਕਿਤੇ ਹੋਇਆ ਕਿ ਹੋਲੇ ਮਹੱਲੇ 'ਤੇ ਇੱਕ ਅੱਧਾ ਦਰਬਾਰ ਲੱਗ ਗਿਆ, ਅਦਰਵਾਈਜ਼ ਕਵੀ ਦਰਬਾਰ ਖਤਮ ਹੁੰਦੇ ਜਾ ਰਹੇ ਨੇ। ਸੋ ਅਨੰਦਪੁਰ ਸਾਹਿਬ ਜਿਹੜਾ ਸਾਡਾ ਭਵਨ ਬਣਿਆ ਜਿਹੜਾ, ਅਤੇ ਉੱਥੇ ਅਸੀਂ ਤਕਰੀਬਨ ਦਸੰਬਰ ਦੇ ਵਿੱਚ ਅਸੀਂ ਜਿਹੜਾ 52 ਕਵੀਆਂ ਦਾ ਕਵੀ ਦਰਬਾਰ ਜਿੱਦਾਂ ਕਰ ਰਹੇ ਹਾਂ ਉੱਥੇ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀ ਸੀ, ਔਰ ਅਨੰਦਪੁਰ ਸਾਹਿਬ 'ਤੇ ਇਹ ਪਹਿਲੀ ਵਾਰੀ ਹੋ ਰਿਹਾ ਕਿ 52 ਕਵੀਆਂ ਦਾ ਜਿਹੜਾ ਕਵੀ ਦਰਬਾਰ ਇਹ ਦਸੰਬਰ 'ਚ ਕੀਤਾ ਜਾਏਗਾ। ਇੱਕ ਵਾਰੀ ਫਿਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਨਾਟਕ ਮੇਲੇ ਨੂੰ ਬੜਾ ਕਾਮਯਾਬ ਬਣਾਇਆ, ਔਰ ਸਪੈਸ਼ਲ ਸਾਡੇ ਜਿਹੜੇ ਇਨਵਾਈਟੀ ਸੀ ਅੱਜ ਸਾਡੇ ਡਾਕਟਰ ਰਾਜ ਬਹਾਦਰ ਸਾਹਿਬ, ਬੇਦੀ ਸਾਹਿਬ, ਜੋ ਕਿ ਪਿਛਲੇ ਸਾਲ ਵੀ ਮੇਰੇ ਨਾਲ ਹੀ ਆਏ ਸੀ ਇਹ, ਅਤੇ ਇਸ ਵਾਰ ਵੀ ਬੜੇ ਉਤਸ਼ਾਹਿਤ ਸੀ ਇਹ। ਡਾਕਟਰ ਸਾਹਿਬ ਨੇ ਓਪਰੇਸ਼ਨ ਕਰ ਰਹੇ ਸੀ, ਹੋਸਪਿਟਲ 'ਚ ਕਾਫੀ ਰਸ਼ ਸੀ, ਲੇਕਿਨ ਫਿਰ ਵੀ ਇਹਨਾਂ ਨੇ ਕਿਹਾ ਕਿ ਨਹੀਂ ਮੈਂ ਨਾਟਕ ਮਿਸ ਨਹੀਂ ਕਰਨਾ, ਮੈਂ ਅੱਜ ਜਾਣਾ ਜ਼ਰੂਰ ਹੈ। ਅਤੇ ਮੈਂ ਵੀ ਸਿੱਧਾ ਦੁਬਈ ਤੋਂ ਅੱਜ ਸਵੇਰੇ ਚੱਲ ਕੇ ਅਤੇ ਏਅਰਪੋਰਟ ਤੋਂ ਮੈਨੂੰ ਉਹਨਾਂ ਨੇ ਪਿੱਕ ਕੀਤਾ, ਅਤੇ ਏਅਰਪੋਰਟ ਤੋਂ ਸਿੱਧਾ ਮੈਂ ਇੱਥੇ ਆਇਆ। ਇੱਕ ਵਾਰ ਫਿਰ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਉਬਰਾਏ ਸਾਹਿਬ। ਚੀਜ਼ ਮਿਸ ਹੋ ਗਈ ਜੀ, ਮਿਸਿਸ ਅਰੋੜਾ ਨੂੰ ਐਪਰੀਸ਼ੀਏਟ ਜੇ ਨਾ ਕਰਾਂਗੇ ਤਾਂ ਇਹ ਪ੍ਰੋਗਰਾਮ ਜਿਹੜਾ ਹੈ ਇਹ ਇਨਕੰਪਲੀਟ ਰਹੇਗਾ। ਸੋ ਲੈਟਸ ਗਿਵ ਹਰ ਅ ਬਿਗ ਅਪਲੌਸ। ਥੈਂਕ ਯੂ ਸਰ। ਸੋ ਮੈਂ ਉਬਰਾਏ ਸਾਹਿਬ ਦਾ, ਉਹਨਾਂ ਦੀ ਪੂਰੀ ਟੀਮ ਦਾ ਬਹੁਤ ਸ਼ੁਕਰੀਆ ਅਦਾ ਕਰਦਾ, ਔਰ ਆਸ ਰੱਖਦਾ ਕਿ ਇਹਨਾਂ ਨੂੰ ਆਪਾਂ ਭਵਿੱਖ 'ਚ, ਉਹ ਕਿਹਾ ਕਰਦੇ ਹਾਂ ਕਿ ਗੋਲਕ ਦਾ ਮੂੰਹ ਥੋੜ੍ਹਾ ਹੋਰ ਵੱਧ ਖੁੱਲਾਂਗੇ ਤਾਂ ਕਿ ਇਹ ਨਾਟਕ ਮੇਲਾ ਹਿੰਦੁਸਤਾਨ ਦੀ ਪਹਿਚਾਣ ਬਣ ਸਕੇ। ਬਹੁਤ ਨਾਟਕ ਮੇਲੇ ਜਾਂ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਔਰਗਨਾਈਜ਼ ਕਰਦੇ ਹਾਂ, ਔਰ ਇਸ ਮੇਲੇ ਨੂੰ ਵੀ ਅਸੀਂ ਬਹੁਤ ਵੱਡੀ ਸਹਾਇਤਾ ਦਿੰਦੇ ਹਾਂ, ਇਹਨਾਂ ਦੀ ਮਦਦ ਕਰਦੇ ਹਾਂ। ਤੁਸੀਂ ਪਿਛਲੇ 7 ਦਿਨ ਤੋਂ ਇਸ ਨਾਟਕ ਮੇਲੇ ਦੇ ਨਾਲ ਆਨੰਦ ਮਾਣ ਰਹੇ ਹੋ, ਔਰ ਮੈਨੂੰ ਇਹ ਕਹਿਣ 'ਚ ਕੋਈ ਹਿੱਚ ਨਹੀਂ ਕਿ ਜਿੰਨੀ ਵੱਡੀ ਗਿਣਤੀ ਦੇ ਨਾਲ ਅਤੇ ਜਿੰਨੀ ਸ਼ਿੱਦਤ ਦੇ ਨਾਲ ਦਰਸ਼ਕ ਇਸ ਨਾਟਕ ਮੇਲੇ ਦਾ ਹਿੱਸਾ ਬਣਦੇ ਨੇ, ਇਹ ਵੀ ਬਹੁਤ ਘੱਟ ਪ੍ਰੋਗਰਾਮਾਂ ਦੇ ਹਿੱਸੇ ਹੁੰਦਾ। ਸੋ ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਹੋ, ਇੱਕ ਵਾਰ ਜ਼ੋਰਦਾਰ ਤਾੜੀਆਂ ਤੁਸੀਂ ਆਪਣੇ ਆਪ ਡਾਕਟਰ ਰਾਜ ਬਹਾਦਰ